ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਨ੍ਹਾਂ ਨੇ ਬੀਐਡ ਦਾ ਐਡੀਸ਼ਨਲ ਪੇਪਰ ਭਰਨਾ ਹੈ ਉਹਨਾਂ ਦੀ ਸੈਮ 1 ਦੀ ਫੀਸ 1610 ਰੁਪਏ ਹੈ, ਸੈਮ 2 ਦੀ 1610 ਹੈ, ਸੈਮ 3 ਦੀ 1610 ਪਲੱਸ ਪ੍ਰੈਕਟੀਕਲ ਹੋਏਗਾ 550 ਰੁਪਏ ਹੈ। ਇਹ ਯੂਨੀਵਰਸਿਟੀ ਦੀ ਫੀਸ ਹੈ। ਇਸ ਤੋਂ ਇਲਾਵਾ ਕਾਲਜ ਦੀ ਫੀਸ ਹੁੰਦੀ ਹੈ ਜੋ ਵੇਰੀ ਕਰਦੀ ਹੈ ਕਾਲਜ ਟੂ ਕਾਲਜ, ਉਹ 3000 ਤੋਂ 5000 ਦੇ ਵਿਚਕਾਰ ਜਾਂ ਇਸ ਤੋਂ ਵੀ ਵੇਰੀ ਕਰ ਸਕਦੀ ਹੈ। ਉਹ ਸਿੱਧੀ ਤੁਸੀਂ ਕਾਲਜ ਨੂੰ ਪੇ ਕਰਨੀ ਹੁੰਦੀ ਹੈ, ਇਹ ਸਿੱਧੀ ਯੂਨੀਵਰਸਿਟੀ ਨੂੰ ਪੇ ਕਰਨੀ ਹੁੰਦੀ ਹੈ। ਜੇਕਰ ਕਾਲਜ ਤੋਂ ਇਲਾਵਾ ਤੁਸੀਂ ਹੋਰ ਕਿਸੇ ਕੋਲੋਂ ਬਾਹਰੋਂ ਫਾਰਮ ਫਿਲ ਕਰਵਾਉਂਦੇ ਹੋ, ਸ਼ੋਪ ਤੋਂ ਫਿਲ ਕਰਵਾਉਂਦੇ ਹੋ, ਨੈਚੁਰਲੀ ਤੁਹਾਡੇ ਕੋਲੋਂ ਘੱਟੋ ਘੱਟ 17-18 ਹਜ਼ਾਰ ਰੁਪਏ ਲੈਂਦੇ ਨੇ ਇਸ ਟੋਟਲ ਦੇ। ਜੇ ਤੁਸੀਂ ਅਪਾਹਜ ਬਣੋਗੇ, ਖੁਦ ਫਾਰਮ ਨਹੀਂ ਫਿਲ ਕਰੋਗੇ, ਨੈਚੁਰਲੀ ਹੈ ਕਿ ਤੁਹਾਨੂੰ ਕਿੰਨਾ ਹਰਜਾਨਾ ਦੇਣਾ ਪੈ ਰਿਹਾ ਹੈ, ਇਹ ਜਾਣ ਸਕਦੇ ਹੋ। ਦੂਸਰਾ, 5 ਜੁਲਾਈ, ਇਹ ਦੱਸਿਆ ਜਾ ਰਿਹਾ ਹੈ ਕਿ 5 ਜੁਲਾਈ ਲਾਸਟ ਡੇਟ ਹੈ ਇਸ ਦੇ ਫਾਰਮ ਫਿਲ ਕਰਨ ਦੀ, ਜੋ ਬਿਲਕੁਲ ਇਨਫੋਰਮੇਸ਼ਨ ਗਲਤ ਹੈ। ਹਜੇ ਤੱਕ ਯੂਨੀਵਰਸਿਟੀ ਦੁਆਰਾ ਕੋਈ ਵੀ ਨੋਟੀਫਾਈ ਨਹੀਂ ਕੀਤਾ ਗਿਆ, ਸਰਕੂਲਰ ਨਹੀਂ ਦਿੱਤਾ ਗਿਆ, ਇੰਟਰਨੈਟ ਤੇ ਚੈੱਕ ਕਰ ਸਕਦੇ ਹੋ। ਸੋ ਹਜੇ ਡੇਟ ਸ਼ੁਰੂ ਨਹੀਂ ਹੋਈ, ਇਹ ਰੋਂਗ ਇਨਫੋਰਮੇਸ਼ਨ ਹੈ। ਇਨਕੁਆਰੀ ਸੈੱਲ ਵਿੱਚ ਮਿਸਟਰ ਵਿਸ਼ਾਲ ਕੌਸ਼ਲ ਨਾਲ ਸਿੱਧੀ ਗੱਲ ਤੋਂ ਮੈਨੂੰ ਪਤਾ ਲੱਗਾ ਹੈ ਕਿ ਅਜੇ ਕੋਈ ਡੇਟ ਨਹੀਂ ਆਈ ਔਰ ਸਟੂਡੈਂਟਸ ਨੂੰ ਇਹਨਾਂ ਧੋਖਿਆਂ ਤੋਂ ਬਚਣਾ ਚਾਹੀਦਾ ਹੈ। ਜਦੋਂ ਯੂਨੀਵਰਸਿਟੀ ਨੋਟੀਫਾਈ ਕਰਦੀ ਹੈ, ਸਰਕੂਲਰ ਜਾਰੀ ਹੁੰਦਾ ਹੈ, ਮੈਂ ਉਹ ਡੇਟ ਅਤੇ ਫੀਸ ਫਿਰ ਤੋਂ ਵੀਡੀਓ ਪਾ ਦਾਂਗਾ। ਥੈਂਕ ਯੂ।